ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਨਿਊ ਐਪੀਸੋਡ ਆਫ ਸੌਫਟ ਸਕਿਲਸ ਕੋਰਸ ਤੇ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਪਤਾ ਆਪਾਂ ਇਹ ਸੀਰੀਜ਼ ਚਲਾ ਰਹੇ ਹਾਂ ਜੀ ਬਿਕੋਜ਼ ਆਈ ऍम ਅਨਵੀਤ ਕੌਰ ਆਈ ਹੈਵ ਵਰਕਡ ਐਜ਼ ਅ ਸੌਫਟ ਸਕਿਲ ਟ੍ਰੇਨਰ ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਆਪਣੀ ਨੌਲੇਜ ਤੇ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਹੁਣ ਅਸੀਂ ਇੱਕ ਇੰਟਰਵਿਊ ਸੀਰੀਜ਼ ਸਟਾਰਟ ਕੀਤੀ ਹੈ ਜੀ ਦਾ ਫਰਸਟ ਐਪੀਸੋਡ ਆਪਾਂ ਪਿਛਲੀ ਵਾਰ ਰਿਲੀਜ਼ ਕੀਤਾ ਸੀ ਐਂਡ ਨਾਓ ਵੀ ਆਰ ਕਮਿੰਗ ਟੂ ਦ ਸੈਕੰਡ ਐਪੀਸੋਡ ਥੈਟ ਇਜ਼ ਸੀਵੀ ਕਿਵੇਂ ਬਣਾਉਣਾ ਹੈ ਸੀਵੀ ਦੀ ਕੀ ਇੰਪੋਰਟੈਂਸ ਹੈ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸੀਵੀ ਬਣਾਉਣ ਵੇਲੇ ਜੇ ਹਜੇ ਤੱਕ ਤੁਸੀਂ ਪੁਰਾਣੀ ਵੀਡੀਓ ਨਹੀਂ ਦੇਖੀ ਹੈ ਆਈ ਊਡ ਰਿਕੁਐਸਟ ਯੂ ਕਿ ਪੁਰਾਣੀ ਵੀਡੀਓ ਦੇਖ ਲਓ ਤਾਂ ਕਿ ਤੁਹਾਡਾ ਲਿੰਕ ਬਣਿਆ ਰਹੇ ਸੌਫਟ ਸਕਿਲਸ ਨੇ ਨਾ ਇੱਕ ਜਰਨੀ ਹੈ ਇਹ ਰੈਗੂਲਰ ਆਪਾਂ ਨੂੰ ਪ੍ਰੈਕਟਿਸ ਕਰਨੀ ਪੈਗੀ ਇਹ ਨਹੀਂ ਕਿ ਆਪਾਂ ਇੱਕ ਵੀਡੀਓ ਦੇਖ ਲਈ ਐਂਡ ਦੈਨ ਵੀ ਫੋਰਗੇਟ ਐਂਡ ਆਪਾਂ ਚੱਲ ਪਏ ਇਹ ਰੈਗੂਲਰ ਪ੍ਰੈਕਟਿਸ ਕਰਨੀ ਪੈਗੀ ਤਾਂ ਕਿ ਡੇਲੀ ਸਾਡੀ ਲਾਈਫ ਵਿੱਚ ਇੰਪਰੂਵਮੈਂਟ ਹੋ ਸਕੇ ਐਂਡ ਇੱਕ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਕਿ ਹੁਣ ਤੋਂ ਜਿਹੜੀਆਂ ਵੀਡੀਓਜ਼ ਆਣਗੀਆਂ ਜੀ ਕਿਉਂਕਿ ਆਫਿਸ ਵਿੱਚ ਬਿਜ਼ੀ ਹੋਣ ਕਰਕੇ ਰੈਗੂਲਰ ਵੀਡੀਓਜ਼ ਨਹੀਂ ਆ ਪਾਰੀਆਂ ਸੀ ਹੁਣ ਤੋਂ ਇਹ ਵੀਡੀਓਜ਼ ਰੈਗੂਲਰ ਆਣ ਗਿਆ ਹਰ ਮੰਡੇ 12 ਵਜੇ ਐਗਜੈਕਟ ਸੋ ਮੇਕ ਸ਼ੋਰ ਕਰਨਾ ਜੀ ਜਿਵੇਂ ਤੁਸੀਂ ਪਹਿਲੇ ਐਪੀਸੋਡ ਤੋਂ ਜੁੜੇ ਸੀਗੇ ਹੁਣ ਦੁਬਾਰਾ ਆਪਣਾ ਰੁਟੀਨ ਬਣਾ ਲਓ ਕਿ ਹਰ ਮੰਡੇ ਨੂੰ 12 ਵਜੇ ਵੀਡੀਓ ਦੇਖਣੀ ਹੈ ਤੇ ਉਹਦੇ ਵਿੱਚ ਦੱਸੀ ਟਾਸਕ ਐਂਡ ਐਕਟੀਵਿਟੀ ਕਰਨੀ ਹੈ ਕਿੰਨੇ ਸਟੂਡੈਂਟਸ ਸਟਾਰਟਿੰਗ ਤੋਂ ਇਹ ਕੋਰਸ ਲਗਾਉਂਦੇ ਆ ਰਹੇ ਨੇ ਐਂਡ ਕੀ ਉਹ ਆਪਣੀ ਲਾਈਫ ਵਿੱਚ ਥੋੜਾ ਜਿਹਾ ਚੇਂਜ ਦੇਖ ਰਹੇ ਨੇ ਜਾਂ ਕੁਝ ਇੰਪਰੂਵ ਕੀਤਾ ਉਹਨਾਂ ਨੇ ਆਪਣੇ ਲਾਈਫ ਵਿੱਚ ਮੇਰੇ ਕਰਕੇ ਨਹੀਂ ਬਟ ਆਪਣੀ ਡੇਲੀ ਪ੍ਰੈਕਟਿਸ ਕਰਕੇ ਤਾਂ ਪਲੀਜ਼ ਆਪਣੇ ਕਮੈਂਟ ਸੈਕਸ਼ਨ ਇਟ ਜ਼ਰੂਰ ਲਿਖਿਓ ਕਿ ਵਾਟ ਹੈਵ ਯੂ ਇੰਪਰੂਵਡ ਇਨ ਯੋਰself ਤੁਸੀਂ ਆਪਣੀ ਲਾਈਫ ਵਿੱਚ ਕਿਹੜੀ ਇੰਪਰੂਵਮੈਂਟ ਕੀਤੀ ਹੈ ਤੁਸੀਂ ਆਪਣੀ ਲਾਈਫ ਵਿੱਚ ਨਵਾਂ ਕੀ ਗੋਲ ਸੈੱਟ ਕੀਤਾ ਹੈ ਕਿਹੜੀ ਨਵੀਂ ਹੈਬਿਟ ਬਣਾਈ ਹੈ ਤਾਂ ਕਿ ਬਾਕੀਆਂ ਨੂੰ ਮੋਟੀਵੇਸ਼ਨ ਮਿਲ ਸਕੇ ਤੇ ਉਹ ਵੀ ਤੁਹਾਡੇ ਮੰਨ ਸੇਮ ਹੀ ਜਰਨੀ 'ਚ ਚੱਲ ਸਕਣ ਕਮਿੰਗ ਟੂ ਟੁਡੇਸ ਟਾਪਿਕ ਜੀ ਸੀ ਵੀ ਹੁਣ ਜਦੋਂ ਇੱਕ ਸੀ ਵੀ ਦਾ ਨਾਮ ਆਉਂਦਾ ਹੈ ਨਾ ਜਦੋਂ ਮੈਂ ਵੀ ਜੌਬ ਲੈਣੀ ਸੀ ਨਾ ਤਾਂ ਮੈਨੂੰ ਤਾਂ ਲੱਗਦਾ ਸੀ ਯਾਰ ਕੀ ਲਿਖਣਾ ਹੈ ਕਿਉਂ ਲਿਖਣਾ ਹੈ ਇਹਦੇ ਵਿੱਚ ਕਿੱਦਾਂ ਲਿਖਿਆ ਜਾਏ ਕੁਝ ਗਲਤ ਨਾ ਇੰਟਰਪ੍ਰੀਟ ਹੋ ਜਾਏ ਬਹੁਤ ਸਾਰੇ ਕੁਐਸਚਨਸ ਆ ਜਾਂਦੇ ਆ ਮਾਈਂਡ ਵਿੱਚ ਐਂਡ ਮਨ ਨਹੀਂ ਕਰਦਾ ਹੁੰਦਾ ਕਿ ਯਾਰ ਸੀ ਵੀ ਬਣਾਈਏ ਕਾਫੀ ਬੱਚੇ ਤਾਂ ਨਾ ਸੀਵੀ ਬਣਾਉਂਦੇ ਹੀ ਰਹਿ ਜਾਂਦੇ ਆ জব ਤਾਂ ਦੂਰ ਹੈ ਲੱਭਣ ਦੀ ਗੱਲ ਬਟ ਪਹਿਲੇ ਸਟੈਪ ਤੇ ਹੀ ਰੁਕ ਜਾਂਦੇ ਕਿ ਕੌਣ ਸੀਵੀ ਬਣਾਇਆ ਗਿਆ ਆ ਛੱਡੋ ਕੋਈ ਇੱਦਾਂ ਹੀ ਜੌਬ ਤੇ ਲੈ ਲਓ ਤਾਂ ਅੱਜ ਆਈ ਐਮ ਗੋਇੰਗ ਟੂ ਮੇਕ ਸ਼ੋਰ ਕਿ ਥੋੜਾ ਜਿਹਾ ਸਿੰਪਲ ਕਰ ਪਾਵਾਂ ਤੁਹਾਡੇ ਲਈ ਸੀਵੀ ਦਾ ਪ੍ਰੋਸੈਸ ਤੁਹਾਨੂੰ ਬੇਸਿਕ ਪੁਆਇੰਟਸ ਦੱਸ ਪਾਵਾਂ ਕਿ ਕਿੰਨਾ-ਕਿੰਨਾ ਨੂੰ ਧਿਆਨ ਚ ਰੱਖਣ ਦੀ ਲੋੜ ਹੈ ਤੇ ਅਗਰ ਤੁਸੀਂ ਉਹ ਬੇਸਿਕ ਪੁਆਇੰਟਸ ਰੱਖ ਕੇ ਵੀ ਰਜੇਬ ਨਾ ਸੀਵੀ ਬਣਾਉਂਦੇ ਹੋ ਨਾ ਯੂ ਗੁੱਟ ਟੂ ਗੋ ਫॉर ਐਨੀ ਜੌਬ ਬਟ ਬਿਫੋਰ ਵੀ ਸਟਾਰਟ ਕਿ ਸੀਵੀ ਬਣਾਉਣਾ ਕਿਵੇਂ ਹੈ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਸੀਵੀ ਦੀ ਇਨ ਇੰਪੋਰ ਬੀਸਿਕਲੀ ਰਜੇਬ ਬਿਫੋਰ ਯੂ ਮੀਟ ਦ ਏਮਪਲੋਇਰ ਇਸ ਤੋਂ ਪਹਿਲਾਂ ਕਿ ਤੁਸੀਂ ਉਸ ਇਨਸਾਨ ਨੂੰ ਮਿਲੋ ਜਿਹਦੀ ਕੰਪਨੀ 'ਚ ਤੁਸੀਂ ਜੌਬ ਲੈਣ ਜਾ ਰਹੇ ਹੋ ਤੁਹਾਡਾ ਸੀਵੀ ਉਹਦੇ ਕੋਲ ਪਹੁੰਚਦਾ ਹੈ ਤਾਂ ਇੱਕ ਤਰੀਕੇ ਸੀਵੀ ਤੁਹਾਡਾ ਬੋਲਦਾ ਹੈ ਕਿ ਜੋ ਬੰਦਾ ਹੈ ਦਾ ਇਸ ਸੀਵੀ ਹੈ ਉਹ ਕਿਵੇਂ ਦਾ ਬੰਦਾ ਹੈ ਉਹਨੇ ਕੀ ਐਜੂਕੇਸ਼ਨ ਕੀਤੀ ਹੋਈ ਹੈ ਉਹਦਾ ਗੋਲ ਕੀ ਹੈਗਾ ਕਿਹੜਾ ਐਕਸਪੀਰੀਅੰਸ ਹੈਗਾ ਉਹਦੇ ਵਿੱਚ ਕਿਹੜੀਆਂ ਸਕਿਲਸ ਨੇ ਤਾਂ ਇੱਕ ਤਰੀਕੇ ਨਾਲ সিভি ਤੁਹਾਡਾ ਇਮਪ੍ਰੈਸ਼ਨ ਬਣਾਉਂਦਾ ਹੈ ਏਮਪਲੋਇਰ ਦੇ ਅੱਗੇ ਇੰਟਰਵਿਊ ਤੁਹਾਨੂੰ ਜੌਬ ਦਿਵਾਉਂਦੀ ਹੈ ਬਟ সিভি ਤੁਹਾਨੂੰ ਇੰਟਰਵਿਊ ਤੱਕ ਪਹੁੰਚਾਣ ਦਾ ਇਕਲੌਤਾ ਜ਼ਰੀਆ ਹੈ ਕਿਉਂਕਿ ਜਿੱਥੇ ਤੁਸੀਂ ਨਹੀਂ ਜਾ ਪਾਉਂਦੇ ਨਾ ਤੁਸੀਂ ਆਪਣਾ সিভি ਭੇਜ ਦਿੰਦੇ ਹੋ ਜੇ ਤਾਂ ਤੁਹਾਡਾ সিভি ਇੰਟਰਸਟਿੰਗ ਹੋਇਆ ਤਾਂ ਤਾਂ ਤੁਹਾਨੂੰ ਕਾਲ ਆ ਜਾਏਗੀ ਇੰਟਰਵਿਊ ਦੀ ਤੇ ਜੇ ਤੁਹਾਡਾ সিভি ਇੰਟਰਸਟਿੰਗ ਨਹੀਂ ਹੋਇਆ ਤੁਹਾਡੇ ਕੋਲ ਰਿਕੁਆਇਰਡ ਐਜੂਕੇਸ਼ਨ ਨਾ ਹੋਈ ਰਿਕੁਆਇਰਡ ਸਕਿਲਸ ਨਾ ਹੋਈਆਂ ਤਾਂ ਫਿਰ ਤੁਹਾਨੂੰ ਕਾਲ ਨਹੀਂ ਆਏਗਾ ਸੋ ਵੈਰੀ ਵੈਰੀ ਇੰਪੋਰਟੈਂਟ ਜੀ ਕਿ ਇਹਦੇ ਤੇ ਆਪਾਂ ਟਾਈਮ ਲਾਈਏ ਤੇ ਰੈਲੇਵੈਂਟ ਸੀਵੀ ਬਣਾਈਏ ਜੋਬ ਵਾਸਤੇ ਹੁਣ ਸਟਾਰਟ ਕਿਵੇਂ ਹੁੰਦਾ ਜੀ ਸਭ ਤੋਂ ਪਹਿਲਾਂ ਜਿਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਰਜੇ ਜੋ ਫਰਸਟ ਪਾਰਟ ਆਂਦਾ ਹੈ ਥੈਟ ਇਜ਼ ਆਬਜੈਕਟਿਵ ਹੁਣ ਆਬਜੈਕਟਿਵ ਦਾ ਮਤਲਬ ਕੀ ਹੈਗਾ ਦੇਖੋ Google ਤੇ ਨਾ ਤੁਹਾਨੂੰ ਬਹੁਤ ਸਾਰੇ CV ਦੇ ਫਾਰਮੈਟਸ ਮਿਲ ਜਾਣਗੇ Microsoft Word ਵਿੱਚ ਤੁਸੀਂ ਆਪਣਾ CV ਬਣਾ ਸਕਦੇ ਹੋ ਕਿਦਾਂ ਦਾ ਫਾਰਮੈਟ ਦੇਖ ਕੇ ਆਬਜੈਕਟਿਵ ਵੀ ਤੁਹਾਨੂੰ Google ਤੇ ਬਹੁਤ ਸਾਰੇ ਮਿਲ ਜਾਣਗੇ ਸੋ ਆਈ ऍम ਨਾਟ ਸੇਇੰਗ ਕਿ ਤੁਸੀਂ ਕਾਪੀ ਪੇਸਟ ਨਾ ਕਰੋ ਬਟ ਕਾਪੀ ਪੇਸਟ ਜੇ ਕਰਨਾ ਹੈ ਨਾ ਤਾਂ ਉਹ ਵੀ ਅਕਲ ਨਾਲ ਕਰਨਾ ਹੈ ਇਹ ਨਹੀਂ ਕਿ ਕੋਈ ਵੀ ਆਬਜੈਕਟਿਵ ਚੱਕ ਕੇ ਆਪਾਂ ਪੇਸਟ ਕਰਤਾ ਕਿ ਆਬਜੈਕਟਿਵ ਕਰਨਾ ਸੀਗਾ ਆਪਾਂ ਸਮਝਣਾ ਹੈ ਕਿ ਆਬਜੈਕਟਿਵ ਦਾ ਮਤਲਬ ਕੀ ਹੈ ਹੁਣ ਆਬਜੈਕਟਿਵ ਦਾ ਮਤਲਬ ਹੁੰਦਾ ਹੈ ਕਿ ਅਸੀਂ ਕਿਹੜੀ ਜੌਬ ਲਈ ਅਪਲਾਈ ਕਰ ਰਹੇ ਹਾਂ ਤੇ ਕਿਉਂ ਸਾਡਾ ਇਸ ਜੌਬ ਦੀ ਪੋਜੀਸ਼ਨ ਤੇ ਅਪਲਾਈ ਕਰਨ ਦਾ ਮਕਸਦ ਕੀ ਹੈ ਵਾਟ ਇਜ਼ ਆਰ ਆਬਜੈਕਟਿਵ ਆਈ ਵਾਂਟ ਟੂ ਵਰਕ ਐਜ਼ ਅ ਸੀਨੀਅਰ ਐਨਾਲਿਸਟ ਆਈ ਵਾਂਟ ਟੂ ਵਰਕ ਐਜ਼ ਅ ਡਾਟਾ ਮੈਨੇਜਰ ਠੀਕ ਹੈ ਐਂਡ ਦੈਨ ਕਿਉਂ ਆਬਜੈਕਟਿਵ ਦੇ ਕੁਝ ਐਗਜ਼ਾਮਪਲਸ ਵੀ ਮੈਂ ਤੁਹਾਨੂੰ ਦੱਸਾਂਗੀ ਠੀਕ ਹੈ ਤਾਂ ਆਬਜੈਕਟਿਵ ਮੇਕ ਸ਼ੋਰ ਅਜੇ ਅਗਰ ਗੂਗਲ ਤੋਂ ਵੀ ਲੋ ਯੂ ਸ਼ੁਡ ਬੀ ਥੋਰੋ ਵਿਦ ਯਰ সিভি ਕਿ ਅਸੀਂ ਆਪਣੇ সিভি ਚ ਲਿਖਿਆ ਕੀ ਹੈਗਾ ਐਦਾਂ ਨਾ ਹੋਏ ਕਿ ਇੰਟਰਵਿਊਰ ਤੁਹਾਡੇ সিভি ਤੋਂ ਹੀ ਤੁਹਾਨੂੰ ਕੁਐਸਚਨ ਪੁੱਛੇ ਤੇ ਤੁਹਾਨੂੰ ਲੱਗੇ ਕਿ ਨਹੀਂ ਉਹ ਤਾਂ ਮੇਰੇ ਫਰੈਂਡ ਨੇ ਲਿਖਤਾ ਸੀਗਾ ਉਹ ਤਾਂ ਮੈਂ ਗੂਗਲ ਤੋਂ ਦੇਖਿਆ ਸੀਗਾ ਤੁਹਾਨੂੰ ਐਗਜ਼ੈਕਟ ਮੀਨਿੰਗ ਐਗਜ਼ੈਕਟ ਸਮਝ ਹੋਣੀ ਚਾਹੀਦੀ ਹੈ ਕਿਹੜੇ ਵਰਡ ਜਿਹਦਾ ਤੁਸੀਂ ਯੂਜ਼ ਕੀਤਾ ਹੈ ਨੈਕਸਟ ਆਨੇ ਹਾਂ ਜੀ ਆਪਾਂ ਪਰਸਨਲ ਇਨਫੋਰਮੇਸ਼ਨ ਹੁੰਦੇ ਪਰਸਨਲ ਇਨਫੋਰਮੇਸ਼ਨ ਵਿੱਚ ਨਾ ਤੁਸੀਂ ਕੀ ਕੀ ਲਿਖਣਾ ਹੈਗਾ ਯੂਅਰ ਨੇਮ ਯੂਅਰ ਮੋਬਾਈਲ ਨੰਬਰ ਇਹ ਉਹੀ ਵਾਲਾ ਨੰਬਰ ਦਿਓ ਜੋ ਆਪਰੇਟਰ ਹੈ ਜਿਹਨੂੰ ਤੁਸੀਂ ਚੱਕੋਗੇ ਕਿਉਂਕਿ ਜਿੱਦ ਤੇ ਕਾਲ ਆਏਗੀ ਐਂਡ ਮੇਕ ਸ਼ੋਰ ਕਿ ਇੱਥੇ ਕੋਈ ਗਲਤੀ ਨਾ ਹੋ ਜਾਏ ਮੇਰੇ ਨੋਨ ਚ ਹੈ ਕੋਈ ਤੇ ਉਹਨਾਂ ਦੇ ਸੀਵੀ ਵਿੱਚ 9 ਡਿਜੀਟਸ ਦਾ ਹੀ ਰਹਿ ਗਿਆ ਸੀਗਾ ਕਿਉਂਕਿ ਧਿਆਨ ਨਹੀਂ ਦਿੱਤਾ ਤੇ ਉਹ ਸੱਚੀ ਜਾ ਰਹੀ ਸੀ ਕਿ ਉਹਨਾਂ ਨੂੰ ਕਾਲ ਕਿਉਂ ਨਹੀਂ ਆਈ ਬਟ ਬਹੁਤ ਲੇਟਰ ਇਰਰ ਅਰਾਈਜ਼ ਹੋਇਆ ਸੀਗਾ ਕਿ ਜਿਹੜਾ ਸੀਵੀ ਹੈ ਨਾ ਉਹਦੇ ਤੇ ਨੰਬਰ ਗਲਤ ਦਿੱਤਾ ਹੋਇਆ ਸੋ ਮੇਕ ਸ਼ੋਰ ਕਿ ਤੁਸੀਂ ਇਦਾਂ ਦੀ ਗਲਤੀ ਨਾ ਕਰੋ ਨੈਕਸਟ ਆਂਦਾ ਹੈ ਜੀ ਈਮੇਲ ਆਈਡੀ ਵੈਰੀ ਵੈਰੀ ਇੰਪੋਰਟੈਂਟ सो अपने टीन एज से अपने स्ूल के टाइम सेमेल आई डीज बनाईया होगी थोड़िया फनी भी है ना एंजल प्रिया वर्गी नाम की अगर आई डी है या वन टू थ्री फोर फाइव सिक्स एट द रेट जीमेल डॉट कॉम मतलब कुछ फनी आई डी नहीं होनी चाहिए बिल्कुल प्रोफेसनल आई डी होनी चाहिए आई वुड रिकमेंड जो भी नाम है बेसिस अपनी ईमेल आई डी बना दो ਜੇ ਤੁਹਾਨੂੰ ਉਹ ਨਹੀਂ ਮਿਲ ਰਹੀ ਤਾਂ ਉਹਦੇ ਵਿੱਚ ਡਾਟ ਲਾ ਕੇ ਕੁਝ ਅੱਗੇ ਲਿਖ ਕੇ ਲਾ ਦਿਓ ਲੈਟਸ ਸੁਪੋਜ਼ ਮੇਰਾ ਨਾਮ ਮਨਵੀਤ ਕੌਰ ਹੈ ਤਾਂ manveet.kaur@gmail.com ਇਹ ਸ਼ੁੱਡ ਬੀ ਵੈਰੀ ਪ੍ਰੋਫੈਸ਼ਨਲ ਆਪਣਾ ਰਿਲੀਜੀਅਨ ਲਿਖਣ ਦੀ ਲੋੜ ਨਹੀਂ ਹੈਗੀ ਆਪਣੀ ਕਾਸਟ ਲਿਖਣ ਦੀ ਲੋੜ ਨਹੀਂ ਹੈਗੀ ਨੈਕਸਟ ਆਉਂਦਾ ਫਿਰ ਮੈਰਿਟਲ ਸਟੇਟਸ ਵੀ ਲਿਖਣ ਦੀ ਲੋੜ ਨਹੀਂ ਹੈਗੀ ਕਾਫੀ ਸਪੈਸੀਫਿਕਲੀ ਲਿਖਦੇ ਨੇ ਜਿੰਨੀ ਇਨਫੋਰਮੇਸ਼ਨ ਰਜੇ ਘੱਟ ਦੋਗੇ ਨਾ ਸੀਵੀ ਵਿੱਚ ਉਨੀ ਜ਼ਿਆਦਾ ਬੈਨੀਫੀਸ਼ੀਅਲ ਹੈ ਕਿਉਂਕਿ ਛੋਟਾ ਸੀਵੀ ਹਮੇਸ਼ਾ ਰეკਮੈਂਡਡ ਹੁੰਦਾ ਮੇਕ ਸ਼ੋਰ ਕਰਿਓ ਕਿ ਜਿਹੜਾ ਤੁਹਾਡਾ ਸੀਵੀ ਹੈ ਨਾ ਉਹ ਮੈਕਸਿਮਮ ਜ਼ਿਆਦਾ ਨਹੀਂ ਐਜ਼ ਅ ਫਰੈਸ਼ਰ ਵੈਸੇ ਵੀ ਤੁਹਾਡੇ ਕੋਲ ਇਸ ਤੋਂ ਜ਼ਿਆਦਾ ਕੋਈ ਇਨਫੋਰਮੇਸ਼ਨ ਹੋਏਗੀ ਨਹੀਂ ਬਟ ਉਹਨੂੰ ਸਟ੍ਰੈਚ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਟੂ ਦਾ ਪੁਆਇੰਟ ਇਨਫੋਰਮੇਸ਼ਨ ਦੋ ਜਿੰਨੀ ਰਿਕੁਆਇਰਡ ਹੈ ਉਨੀ ਦੋ ਮੂਵਿੰਗ ਔਨ ਨੈਕਸਟ ਅੰਨੇ ਹੈ ਜੀ ਆਪਾਂ এডੂਕੇਸ਼ਨ ਤੇ এডੂਕੇਸ਼ਨ ਤੇ ਹੁਣ ਆਪਾਂ ਅਜੇ ਕਿਸ ਚੀਜ਼ ਦਾ ਧਿਆਨ ਦੇਣਾ ਹੈਗਾ এডੂਕੇਸ਼ਨ ਵਿੱਚ ਆਪਾਂ ਨਾ ਹਾਈਐਸਟ ਤੋਂ ਲੋਏਸਟ ਕੁਆਲੀਫਿਕੇਸ਼ਨ ਲਿਖਣੀ ਹੈ ਮਤਲਬ ਮੋਸਟ ਰੀਸੈਂਟ ਤੁਹਾਡੀ ਕਿਹੜੀ ਹੋਈ ਹੈ ਜੇ ਤੁਸੀਂ ਪੋਸਟ ਗ੍ਰੈਜੂਏਟ ਹੋ ਉਹਨੂੰ ਪਹਿਲਾਂ ਤੁਸੀਂ ਪੋਸਟ ਗ੍ਰੈਜੂਏਸ਼ਨ ਵਾਲੀ ਡਿਗਰੀ ਲਿਖੋਗੇ फिर अपनी ग्रैजुएशन लिखोगे फिर ट्वैल्थ लिखोगे फिर टेंथ लिखोगे ठीक है हूँ अगर पोस्ट ग्रैजुएशन लिखनी है कि लिखना है कि डिग्री की है कितों है? ते किस टाइम पर की है मतलब कदों तीड डिग्री कंप्लीट हुई वो ईयर आएगा ठीक है सो पोस्ट ग्रैजुएशन फ्रॉम गुरु नानक देव यूनिवर्सिटी अमृतसर इन टू थाउजेंड फोर्टीन ਇਦਾਂ ਲਿਖਣਾ ਹੈ ਆਈ ਐਮ ਯੂ ਵੀ ਇਦਾਂ ਦੇ ਵਰਡਸ ਯੂਜ਼ ਨਹੀਂ ਕਰਨੇ ਹੈਗੇ ਸੀ ਵੀ ਵਿੱਚ ਇਨਡਾਇਰੈਕਟ ਫਾਰਮ ਯੂਜ਼ ਕਰਨੀ ਹੈ ਜਦੋਂ ਤੁਸੀਂ ਆਪਣੀ ਐਜੂਕੇਸ਼ਨ ਲਿਖਤੀ ਇੱਥੇ ਤੁਸੀਂ ਗ੍ਰੈਜੂਏਸ਼ਨ ਲਿਖਤੀ ਇੱਥੇ ਤੁਸੀਂ 12th ਲਿਖਤਾ ਇੱਥੇ ਤੁਸੀਂ 10th ਲਿਖਤਾ ਹੁਣ ਅਗਰ ਤੁਸੀਂ ਕੋਈ ਐਡੀਸ਼ਨਲ ਸਰਟੀਫਿਕੇਸ਼ਨਸ ਕੀਤੀਆਂ ਨੇ ਹੁਣ ਇਹਦਾ ਵੀ ਬਹੁਤ ਧਿਆਨ ਰੱਖਣਾ ਹੈ राजे ਐਡੀਸ਼ਨਲ ਸਰਟੀਫਿਕੇਸ਼ਨ ਦੇ ਵਿੱਚ ਆਪਾਂ ਦੇਣਾ ਕੀ ਹੈਗਾ ਐਡੀਸ਼ਨਲ ਸਰਟੀਫਿਕੇਸ਼ਨਸ ਵਿੱਚ ਨਾ ਆਪਾਂ ਸਿਰਫ ਉਹੀ ਸਰਟੀਫਿਕੇਸ਼ਨਸ ਦੇਣੀਆਂ ਨੇ ਜਿਹੜੀਆਂ ਸਾਡੀ ਜੌਬ ਲਈ ਰਿਕਵਾਇਰਡ ਨੇ होने की पता चलेगा चल पता चलेगा लैट सपोज की मैं सोल अप करना है तो जो सपोज मैं कोई सर्टिफिकेशन ली हुए सल कोर्स की ठीक है कोई ट्रेनिंग लीती हुए जिन्होंने मैंने सलोजी हैल्प करना हो सिर्फ उही सर्टिफिके मैं कराँगी एंड लैट सपोज कि नहीं है एबसलुटली फाइन नॉट वरी अबाउट द लेंथ ऑफ द सीवी बट उसयड इन्फॉर्मेन होनी चाहिए है मूविंग ऑन नैक्सट आप एडिशनल सर्टिफिकेन्स तो बाद अगर तरज तेरे तो कोई एक्सपीरियंस है देखो तो फिर तुम एक्सपीरियंस बारे मैनशन कर सकते हो ठीक है किस जॉब रोल से ता एक्सपीरियंसा ठीक है कंपनी किपनी चीम किया एंड कदों तो लैके फ्रॉम सो सो यू सपोज यू कैन से टू थाउजेंड टू एटीन टू टू थाउजेंड ट्वेंटी ठीक है तो तीस ये चीज़ा कलैरिटी इन्फॉर्मेन देनी है वर्कड एज अ सीनियर data analyst at this company from 2018 to 2020 hun main ek do example de le aria job de tusi kisi nu vi use kar sakde ho again agar ta experience relevant haga ta theek hai likh do agar tusi nahi kita hoya kuch ta vi koi darran di lod nahi hegi freshers nu vi job mildiyan so dont worry theek hai moving on ji apa ki likh sakde ha agge ki include kar sakde ha computer proficiency hun computer proficiency vich raje ਤੁਸੀਂ ਤਾਂ ਹੀ ਲਿਖਣਾ ਜੇ ਤੁਹਾਨੂੰ ਐਕਚੁਅਲ ਚ ਨੌਲੇਜ ਹੈਗੀ ਹੈ ਕੰਪਿਊਟਰ ਦੀ ਅ ਦੇ ਐਗਜ਼ੈਪਲਸ ਕੀ ਹੈ ਤੁਸੀਂ ਲਿਖ ਸਕਦੇ ਹੋ MS Outlook ਤੁਸੀਂ ਲਿਖ ਸਕਦੇ ਹੋ MS Excel MS Word MS Office ਅਗਰ ਸਾਰੇ ਆਉਂਦੇ ਆ ਠੀਕ ਹੈ MS ਪਾਵਰਪੁਆਇੰਟ ਬਟ ਸਿਰਫ ਉਹੀ ਲਿਖਣਾ ਹੈ CV ਵਿੱਚ ਝੂਠ ਨਹੀਂ ਬੋਲਣਾ ਸਿਰਫ ਬੋਲਣ ਵਾਸਤੇ ਕਿਉਂਕਿ ਹੋ ਸਕਦਾ ਹੈ ਕਿ ਜੋ ਤੁਸੀਂ CV ਵਿੱਚ ਮੈਂਸ਼ਨ ਕਰੋ ਉਹਦੇ ਤੋਂ ਤੁਹਾਨੂੰ ਕੁਐਸਚਨਸ ਪੁੱਛ ਲੈਣ ਅਗਰ ਤੁਸੀਂ ਐਕਸਲ ਲਿਖਿਆ ਹੋਇਆ ਹੋ ਸਕਦਾ ਹੈ ਕਿ ਉਹ ਤੁਹਾਨੂੰ ਐਕਸਲ ਦੇ ਕੋਈ ਫਾਰਮੂਲੇਸ ਪੁੱਛ ਲੈਣ ਸੋ ਬੀ ਵੈਰੀ ਕੇਅਰਫੁਲ ਵੈਨ ਯੂ ਆਰ ਰਾਈਟਿੰਗ ਦਿਸ CV ਐਵੇਂ ਨਹੀਂ ਕਿ ਚਲੋ ਟੈਂਪਰੇਸ਼ਨ ਪੈਗਾ ਤਾਂ ਆਪਾਂ ਲਿਖ ਦਿੰਨੇ ਨੇ ਨੈਕਸਟ ਹੈ ਦੀ ਸਕਿਲਸ ਕੀ ਸਾਡੇ ਵਿੱਚ ਕਿਹੜੀਆਂ ਸਕਿੱਲਜ਼ ਨੇ ਜਿਦੇ ਕਰਕੇ ਤੁਹਾਨੂੰ ਸਾਨੂੰ ਜੌਬ ਤੇ ਰੱਖਣਾ ਚਾਹੀਦਾ ਹੈ ਇਹ ਸਕਿੱਲਜ਼ ਨਾ ਹੁਣ ਆਪਾਂ ਬਹੁਤ ਸਮਾਰਟਲੀ ਲਿਖਣੀਆਂ ਨੇ ਸਮਾਰਟਲੀ ਇਨ ਦ ਸੈਂਸ ਕਿ ਸਿੱਧਾ ਇਹ ਨਹੀਂ ਲਿਖ ਦੇਣਾ ਆਈ ਐਮ ਵੈਰੀ ਹਾਰਡ ਵਰਕਰ ਠੀਕ ਹੈ ਯਾ ਸਕਿੱਲਜ਼ ਵੀ ਹੋ ਸਕਦੀਆਂ ਨੇ ਇਹ ਤੇ ਦੂਜਾ ਟੌਪਿਕ ਆ ਸਕਦਾ ਹੈ ਕਿ ਸਾਡੀ ਸਟਰੈਂਥ ਕੀ ਕੀ ਹੈਗੀ ਐਨੀਥਿੰਗ ਠੀਕ ਹੈ ਹੁਣ ਇਹਦੇ ਵਿੱਚ ਨਾ ਕੁਝ ਵੀ ਨਹੀਂ ਲਿਖ ਦੇਣਾ ਅਗੇਨ ਜੋ ਗੂਗਲ ਤੇ ਪਿਆ ਹੈ ਗੂਗਲ ਤੋਂ ਹੈਲਪ ਲਓ ਵੈਰੀ ਗੁੱਡ ਪਟ ਸਿਰਫ ਤੁਹਾਡੇ ਜੌਬ ਦੇ ਰਿਲੇਟਡ ਹੁੰਨ ਹੁਣ ਲੈਟ ਸਪੋਜ਼ ਕਿ ਤੁਹਾਨੂੰ ਇੰਟਰਵਿਊਰ ਨੇ ਪੁੱਛ ਲਿਆ ਜੀ ਕਿ ਦੱਸੋ ਮੈਨੂੰ ਕਿ ਤੁਸੀਂ ਲਿਖਿਆ ਹੋਇਆ ਕਿ ਤੁਸੀਂ ਬਹੁਤ ਹਾਰਡ ਵਰਕਰ ਹੋ ਤੁਸੀਂ ਇਦਾਂ ਦਾ ਕਿਹੜਾ ਹਾਰਡ ਵਰਕ ਕੀਤਾ ਹੈ ਤਿਤੋਂ ਯਾਦ ਨਾ ਕਿ ਕਿਉਂਕਿ ਤੁਹਾਨੂੰ ਤਾਂ ਲੱਗਦਾ ਕਿ ਜਦੋਂ ਅਸੀਂ ਘਰ ਬੈਨਿਆ ਸਾਨੂੰ ਮਮਾ ਹੀ ਪਾਣੀ ਦਾ ਗਲਾਸ ਦਿੰਦੇ ਨੇ ਪਾਪਾ ਹੀ ਰੋਟੀ ਪਾ ਕੇ ਦਿੰਦੇ ਨੇ ਤੇ ਸਾਨੂੰ ਤਾਂ ਬੈਠ ਤੇ ਕੀਤੇ ਸਾਰਾ ਕੁਝ ਮਿਲਦਾ ਥੈਨ ਹਾਰਡ ਵਰਕ ਜਸਟੀਫਾਈ ਨਹੀਂ ਹੋ ਪਾਏਗਾ ਸੋ ਬਹੁਤ ਸਮਾਰਟਲੀ ਚੂਸ ਕਰਨੀ ਹੈ ਦੂਜਿਆਂ ਨਾਲ ਨੂੰ ਰਿਲੇਟ ਕਿਵੇਂ ਕਰਨਾ ਕਿ ਉਹਨਾਂ ਨੂੰ ਜਿਹੜੀ ਵੀ ਜੌਬ ਵਾਸਤੇ ਤੁਸੀਂ ਅਪਲਾਈ ਕਰੋਗੇ ਨਾ ਉਹਨਾਂ ਨੇ ਪਹਿਲਾਂ ਲਿਖਿਆ ਹੋਇਆਗਾ ਸਾਨੂੰ ਕਿੱਦਾਂ ਦਾ ਬੰਦਾ ਚਾਹੀਦਾ ਹੀ ਸ਼ੁੱਡ ਬੀ ਗੁੱਡ ਇਨ ਕਮਿਊਨੀਕੇਸ਼ਨ ਸਕਿਲਸ ਉਹ ਸਮਾਰਟ ਲੀਡਰ ਹੋਣਾ ਚਾਹੀਦਾ ਹੈ ਸਟਰੋਂਗ ਪਰਸਨੈਲਿਟੀ ਹੋਣੀ ਚਾਹੀਦੀ ਹੈ ਕਸਟਮਰ ਸਰਵਿਸ ਕੇ ਲੱਚੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਤਾਂ ਤੁਸੀਂ ਇਹਦੇ ਵਿੱਚ ਕਿਦਾਂ ਦੀਆਂ ਚੀਜ਼ਾਂ ਪਾ ਸਕਦੇ ਹੋ ਤੁਸੀਂ ਪਾ ਸਕਦੇ ਹੋ ਅਗਰ ਤੁਹਾਡੀ ਕਮਿਊਨੀਕੇਸ਼ਨ ਸੱਚੀ ਅੱਛੀ ਹੈ ਫਿਰ ਪਾ ਸਕਦੇ ਹੋ ਇਹਦੇ ਵਿੱਚ ਕਮਿਊਨੀਕੇਸ਼ਨ ਸਕਿਲਸ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਕਿ ਆਈ ਏਮ ਪੰਚੁਅਲ ਆਈ ਏਮ ਡਿਸਿਪਲਿੰਡਡ ਬਟ ਇਹਦੇ ਵਿੱਚ ਨਾ ਸੱਚਾਈ ਬਹੁਤ ਜ਼ਿਆਦਾ ਵਰਤਣੀ ਹੈ ਕਿ ਜਿਹਦੇ ਤੁਹਾਨੂੰ ਲੱਗਦਾ ਕਿ ਮੈਂ ਸੱਚੀ ਹਾਂ ਹੋਂਤਾ ਦਾ ਠੀਕ ਹੈ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਲੋਕਾਂ ਨੂੰ ਆਪਣੀ ਗੱਲਾਂ ਚ ਕਨਵਿੰਸ ਕਰ ਲੈਂਦੇ ਹੋ ਤਾਂ ਤੁਸੀਂ ਲਿਖ ਸਕਦੇ ਹੋ ਕਿ ਗੁੱਡ ਇਨ ਕਨਵਿੰਸਿੰਗ ਅਗਰ ਤੁਸੀਂ ਲਿਸਨਰ ਅੱਛੇ ਹੋ ਤੁਸੀਂ ਲਿਖ ਸਕਦੇ ਹੋ ਲਿਸਨਰ ਬਟ ਅਗਰ ਤੁਹਾਡੀ ਜੌਬ ਇਟ ਬੁੱਲਣ ਦੀ ਜੌਬ ਹੋਵੇ ਕਾਲਿੰਗ ਕਰਨੀ ਹੋਵੇ ਸਾਰਾ ਦਿਨ ਤਾਂ ਤੁਸੀਂ ਉਹ ਪੁੱਛੇਗਾ ਤੁਹਾਨੂੰ ਕਿ ਤੁਸੀਂ ਗੁੱਡ ਲਿਸਨਰ ਲਿਖਿਆ ਹੋਇਆ ਤਾਂ ਤੁਹਾਨੂੰ ਆਨਸਰ ਦੇਣਾ ਆਣਾ ਚਾਹੀਦਾ ਹੈ ਕਿ ਹਾਂਜੀ ਕਿਉਂਕਿ ਮੈਂ ਕਸਟਮਰ ਦੀ ਗੱਲ ਸੁਣੂੰਗਾ ਬਿਕੋਜ਼ ਆਈ ਏਮ ਗੁੱਡ ਇਨ ਲਿਸਨਿੰਗ ਤਾਂ ਮੈਂ ਉਹਨਾਂ ਦੀ ਪ੍ਰੋਬਲਮ ਨੂੰ ਰਿਜ਼ੋਲਵ ਵੀ ਕਰ ਪਾਵਾਂਗਾ ਅਗਰ ਤੁਸੀਂ ਪ੍ਰੋਬਲਮ ਰਿਜ਼ੋਲਵ ਕਰ ਲੈਂਦੇ ਹੋ ਤਾਂ ਲਿਖੋ ਪ੍ਰੋਬਲਮ ਰਿਜ਼ੋਲਵ ਹੋ ਨਾਵਾ ਕਿ ਆਪ ਕੋ ਬੇਸਿਕ ਪੁਆਇੰਟਸ ਤੇ ਸਭ ਤੋਂ ਪਹਿਲਾ ਪੁਆਇੰਟ ਪੂਰੇ ਸੀਵੀ ਦਾ ਜੋ ਫੌਂਟ ਸਾਈਜ਼ ਹੋਣਾ ਚ ਮਤਲਬ ਜਾਂ ਤਾਂ 10 ਹੋਣਾ ਚਾਹੀਦਾ ਜਾਂ 12 ਹੋਣਾ ਚਾਹੀਦਾ 100 ਜ਼ਿਆਦਾ ਨਹੀਂ ਜਿਹੜਾ ਫੌਂਟ ਦਾ ਸਾਈਜ਼ ਹੋਏਗਾ ਹੋ ਸਕਦਾ ਹੈ ਤੁਸੀਂ ਹੈਡਿੰਗਸ ਦਾ ਸਾਈਜ਼ 12 ਰੱਖ ਲਓ ਤੇ ਨੀਚੇ ਫੌਂਟ ਦਾ ਸਾਈਜ਼ 10 ਰੱਖ ਲਓ ਬਟ ਫਿਰ ਸਾਰੀ ਹੈਡਿੰਗਸ ਦਾ ਜਿਹੜਾ ਸਾਈਜ਼ ਹੈ 12 ਹੀ ਹੋਣਾ ਚਾਹੀਦਾ ਜੇ ਤੁਸੀਂ ਹੈਡਿੰਗ ਨੂੰ ਬੋਲਡ ਇਟ ਲਿਖਿਆ ਇੱਕ ਉੱਪਰ ਤਾਂ ਨੀਚੇ ਵੀ ਤੁਸੀਂ ਹੈਡਿੰਗ ਨੂੰ ਬੋਲਡ ਵਿੱਚ ਲਿਖੋਗੇ ਤਾਂ ਸਾਰੀਆਂ ਹੈਡਿੰਗ ਸਿਮਿਲਰ ਹੋਣੀਆਂ ਚਾਹੀਦੀਆਂ ਨੇ ਨੈਕਸਟ ਪੁਆਇੰਟ ਤੇ ਧਿਆਨ ਰੱਖਣ ਵਾਲੀ ਚੀਜ਼ ਹੈ ਜੀ ਬਾਰਡਰਡ ਪੇਪਰ ਤੇ ਸੀਵੀ ਨਹੀਂ ਬਣਾਣਾ ਇਦਾਂ ਨਾ ਹੋਏ ਕਿ ਬਾਰਡਰ ਬਣਿਆ ਹੋਏ ਤੇ ਉੱਤੇ ਤੇ ਆਪਾਂ ਸੀਵੀ ਬਣਾਈਏ ਸੋ ਥਿਸ ਡਸ ਨੋਟ ਲੁੱਕ ਪ੍ਰੋਫੈਸ਼ਨਲ ਫੌਂਟਸ ਨੇ ਜੋ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਤੁਸੀਂ ਯੂਜ਼ ਕਰ ਸਕਦੇ ਹੋ ਟਾਈਮਸ ਨਿਊ ਰੋਮਨ ਹੋ ਗਿਆ ਕੈਲੀਬਰੀ ਹੋ ਗਿਆ ਬੁੱਕ ਫੌਂਟ ਹੋ ਗਿਆ ਜਿਹਦੇ ਤੇ ਤੁਸੀਂ ਆਪਣਾ ਸੀਵੀ ਟਾਈਪ ਕਰ ਸਕਦੇ ਹੋ ਐਂਡ ਸੀਵੀ ਦੇ ਉੱਪਰ ਬਹੁਤ ਕਾਮਨ ਚੀਜ਼ ਕਿਸੇ ਨੇ ਉਹਦੇ ਉੱਤੇ ਨਹੀਂ ਲਿਖਣਾ ਰੈਜ਼ਿਊਮੇ ਜਾਂ ਫਿਰ CV ਐਦਾਂ ਕਿਸੇ ਨੇ ਉਹਦੀ ਹੈਡਿੰਗ ਦੇ ਕੇ ਨਹੀਂ ਲਿਖਣਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ CV ਇੱਕ ਪੇਜ ਦਾ ਹੋਣਾ ਚਾਹੀਦਾ ਹੈ ਅਗਰ ਤੁਸੀਂ ਫਰੈਸ਼ਰ ਹੋ ਐਂਡ ਮੇਕ ਸ਼ਰ ਕਰਿਓ ਕਿ ਆਪਣਾ CV ਰਜੇ ਮਾਡਰਨ ਫਾਰਮੈਟ ਵਿੱਚ ਬਣਾਓ ਅੱਜਕਲ ਮਾਡਰਨ ਫਾਰਮੈਟ ਕਿਵੇਂ ਹੁੰਦਾ ਹੈ ਲੈਫਟ ਤੇ ਤੁਹਾਡੀ ਇਨਫੋਰਮੇਸ਼ਨ ਦਿੱਤੀ ਹੋਏਗੀ ਰਾਈਟ ਤੇ ਦੂਜਾ ਇੱਥੇ ਪਰਸਨਲ ਇਨਫੋਰਮੇਸ਼ਨ ਆ ਜਾਏਗੀ ਇੱਥੇ ਤੁਹਾਡੀ ਸਕਿਲਸ ਤੇ ਸਟਰੈਂਥ ਆ ਜਾਣਗੇ ਇੱਥੇ ਤੁਹਾਡਾ ਆਬਜੈਕਟਿਵ ਆ ਗਿਆ ਇੱਥੇ ਤੁਹਾਡੀ ਐਜੂਕੇਸ਼ਨ ਆ ਗਈ ਇੱਥੇ ਤੁਹਾਡਾ ਇੰਟਰਨਸ਼ਿਪ ਐਕਸਪੀਰੀਅੰਸ ਆ ਗਿਆ ਤਾਂ ਇਸੇ ਵਿੱਚ ਹੀ ਸਾਰਾ ਕੁਝ ਕਵਰ ਹੋ ਜਾਏਗਾ ਮੈਂ ਇੱਕ ਦੋ ਸੈਂਪਲਸ ਤੁਹਾਡੇ ਲਈ ਅਟੈਚ ਵੀ ਕਰ ਦਾਂਗੀ ਤੁਹਾਡੇ ਨੌਲੇਜ ਲਈ ਤੁਹਾਡੇ ਸਟੂਡਿਓ ਲਈ ਵੈਰੀ ਇੰਪੋਰਟੈਂਟ ਜੋ-ਜੋ ਵੀ ਜੌਬ ਲਈ ਅਪਲਾਈ ਕਰ ਰਿਹਾ ਹੈ ਐਂਡ ਯੂ ਥਿੰਕ ਕਿ ਅਸੀਂ ਆਪਣਾ ਸੀਵੀ ਚੈੱਕ ਕਰਾਉਣਾ ਚਾਹੁੰਦੇ ਹਾਂ ਤੁਸੀਂ ਇੰਸਟਾਗ੍ਰam ਤੇ ਮੈਨੂੰ ਆਪਣਾ ਸੀਵੀ ਦੀ ਫੋਟੋ ਭੇਜ ਸਕਦੇ ਹੋ ਮੈਂ ਤੁਹਾਨੂੰ ਵੌਇਸ ਨੋਟਸ ਵਿੱਚ ਦੱਸ ਦਾਂਗੀ ਕਿ ਕੀ ਕੀ ਗਲਤੀ ਹੈ ਕਿ ਕੀ ਪ੍ਰੋਬਲਮ ਹੈ ਜਾਂ ਫਿਰ ਆਪਾਂ ਉਹਨੂੰ ਹੋਰ ਬੈਟਰ ਕਿਵੇਂ ਕਰ ਸਕਦੇ ਹਾਂ ਸੋ ਤੁਹਾਡੇ ਕੋਲ ਇਹ ਆਪਸ਼ਨ ਹੈ ਇਫ ਯੂ ਵਾਂਟ ਇੰਸਟਾਗ੍ਰam ਸੇਮ ਨਾਮ ਤੋਂ ਹੈ ਜੀ ਮੀਤਪ੍ਰੀਤ 0711 ਦ ਨੈਕਸਟ ਪੁਆਇੰਟ ਜੀ ਜਦੋਂ ਵੀ ਸੀਵੀ ਲੈ ਕੇ ਜਾਣਾ ਹੈ ਇੱਕ ਤਾਂ ਜਦੋਂ ਵੀ ਇੰਟਰਵਿਊ ਲਈ ਜਾਣਾ ਹੈ ਦੋ ਕਾਪੀਜ਼ ਹੋਣੀਆਂ ਚਾਹੀਦੀਆਂ ਹੈਗਾ ਉਹ ਗਲਤ ਇਮਪ੍ਰੈਸ਼ਨ ਪਾਉਂਦਾ ਹੈ ਇੰਟਰਵਿਊਰ ਤੇ ਤਾਂ ਆਪਣੇ ਸੀਵੀ ਨੂੰ ਸਿੱਧਾ ਇੱਕ ਫਾਈਲ ਵਿੱਚ ਲੈ ਕੇ ਜਾਣਾ ਹੈ ਸੈਲਰੀ ਇਨਫੋਰਮੇਸ਼ਨ ਸੀਵੀ ਵਿੱਚ ਨਹੀਂ ਲਿਖੀ ਹੋਣੀ ਚਾਹੀਦੀ ਪਹਿਲਾਂ ਮੇਰੀ ਸੈਲਰੀ ਕਿੰਨੀ ਸੀ ਆ ਹੁਣ ਮੈਂ ਕਿੰਨੀ ਐਕਸਪੈਕਟ ਕਰ ਰਿਹਾ ਹਾਂ ਉਹ ਤੁਹਾਡੇ ਸੀਵੀ ਵਿੱਚ ਸੈਲਰੀ ਦਾ ਕੋਈ ਜ਼ਿਕਰ ਨਹੀਂ ਹੋਣਾ ਚਾਹੀਦਾ ਸੋ ਦੈਟਸ ਆਲ ਜੀ ਆਈ ਥਿੰਕ ਅਗਰ ਤੁਸੀਂ ਸਾਰੇ ਪੁਆਇੰਟਸ ਦਾ ਧਿਆਨ ਰੱਖੋਗੇ ਤੁਸੀਂ ਆਪਣੇ ਲਈ ਇੱਕ ਵਧੀਆ ਸੀਵੀ ਬਣਾ ਪਾਓਗੇ ਐਂਡ ਅਗਰ ਇੱਕ ਵਧੀਆ ਸੀਵੀ ਬਣਾ ਪਾਓਗੇ ਤਾਂ ਆਈ ਏਮ ਸ਼ੋਰ ਬਹੁਤ ਜਲਦੀ ਇੱਕ ਵਧੀਆ ਜੌਬ ਲੈਂਡ ਕਰ ਪਾਓਗੇ ਜਿਵੇਂ ਦੀ ਤੁਹਾਨੂੰ ਚਾਹੀਦੀ ਹੈ ਸੋ ਥੈਂਕ ਯੂ ਸੋ ਮੱਚ एवरीवन ਬ ਤਾਕੀ ਆਪ ਆਪਣੀ ਜੌਬ ਨੂੰ ਪਾ ਸਕੀਏ ਕਿਉਂਕਿ ਮੈਂ ਦੱਸਣਾ ਜੌਬ ਕਰਨ ਦਾ ਫਾਇਦਾ ਕੀ ਹੁੰਦਾ ਹੈ ਜੌਬ ਨਾਲ ਤੁਹਾਡਾ ਕੌਨਫੀਡੈਂਸ ਇਨਕਰੀਜ਼ ਹੁੰਦਾ ਹੈ ਤੁਹਾਡਾ ਐਕਸਪੋਜ਼ਰ ਵੱਧਦਾ ਹੈ ਲਾਈਫਲੀ ਤੁਸੀਂ ਅੱਗੇ ਜਾ ਕੇ ਕੁਝ ਵੀ ਕਰਨਾ ਹੋਵੇ ਬਟ ਇੱਕ ਵਾਰ ਜੌਬ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਕਰਿਓ ਉਹਦੇ ਪਿੱਛੇ ਰੀਜ਼ਨ ਕੀ ਹੈ ਤੁਹਾਡੇ ਵਿੱਚ ਕੁਆਲਿਟੀਜ਼ ਇਨਹਾਂਸ ਹੋਣਗੀਆਂ ਨੌਲੇਜ ਇਨਹਾਂਸ ਹੋਏਗੀ ਐਕਸਪੋਜ਼ਰ ਇਨਹਾਂਸ ਹੋਏਗਾ ਓਪਰਚ्युनिटीਜ਼ ਮਿਲਣਗੀਆਂ ਤੇ ਤੁਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਕੌਨਫੀਡੈਂਟ ਫੀਲ ਕਰੋਗੇ ਸਾਰੇ ਪੁਆਇੰਟਸ ਅਪਲਾਈ ਕਰ ਲਿਓ ਜੀ ਮਿਲਦੇ ਹਾਂ ਨਵੀਂ ਵੀਡੀਓ ਨਾਲ ਔਰ ਨੈਕਸਟ ਮੰ Till then, take care of yourselves, ji. Rakha ji.